ਤੇ ਸਿੱਖੀ ਧਰਮ 'ਚ ਪੱਕੇ ਹੋਵੋ ਤੇ ਖੰਡੇ ਬਾਟ ਦਾ ਅੰਮ੍ਰਿਤ ਛਕੋ, ਸ਼ਰਾਬ ਦਾ ਤੇ ਜੀਵ ਘਾਤ ਕਰਨ ਦਾ ਤਿਆਗ ਕਰੋ, ਵੇਸ ਵਾਲੇ ਅਖਾੜੇ ਤੋਂ ਬਚੋ ਤੇ ਆ ਭੈੜੀਆਂ ਕਰਤੂਤਾਂ ਦੀਆਂ ਟੈਲੀਵਿਜ਼ਨਾਂ ਵਿੱਚ ਆਪਾਂ ਵੇਖਦੇ ਹਾਂ ਇਹਨਾਂ ਦਾ ਵੀ ਥੋੜ੍ਹਾ ਘਣਾ ਤਿਆਗ ਕਰੋ ਜੇ ਬਹੁਤਾ ਨਹੀਂ ਕਰ ਸਕਦੇ ਇੱਥੇ। ਆ ਟੈਲੀਵਿਜ਼ਨ ਲੱਗੇ ਨੇ ਮੋਰ ਦੇ ਖੰਭ ਜੇ ਗੱਡੇ ਥਾਵਾਂ ਥਾਵਾਂ ਤੇ, ਇਹ ਸਾਰੇ ਵੇਖਦੇ ਹੈ। ਹੁਣ ਕਦੇ ਮਨ 'ਚ ਖਿਆਲ ਕੀਤਾ ਕਿ ਸਾਡੀ ਧੀ ਵੀ ਕੋਲ ਬੈਠੀ ਹੈ, ਸਾਡੀ ਭੈਣ ਵੀ ਕੋਲ ਬੈਠੀ ਹੈ, ਸਾਡੇ ਘਰ ਵਾਲੀ ਵੀ ਕੋਲ ਬੈਠੀ ਹੈ ਤੇ ਭਲਿਆ ਮਾਨਸਾ ਤੂੰ ਵੀ ਕੋਲ ਬੈਠਾ? ਉਹ ਟੈਲੀਵਿਜ਼ਨ ਵੇਖਦੇ ਸਿੰਘੋ, ਹੋ ਸਕਦਾ ਕਿਸੇ ਨੂੰ ਕੋਈ ਚੰਗੀ ਫੋਟੋ ਵੀ ਆਉਂਦੀ ਹੋਵੇ, ਪਰ ਬਹੁਤਾ ਸਮਾਂ ਉਹਦੇ 'ਚ ਭੈੜੀਆਂ ਫੋਟੋ ਆਉਂਦੀਆਂ, ਗੰਦੀਆਂ ਫੋਟੋ ਲੋਕਾਂ ਤੋਂ ਸੁਣਿਆ। ਮੈਂ ਤਾਂ ਵੇਖਣ ਨਾ, ਮੈਂ ਵੇਖਣ ਨਾ ਮੈਨੂੰ ਇਹਦੀ ਇੱਛਾ ਕੋਈ, ਪਰ ਗੰਦੀਆਂ ਫੋਟੋ ਵੇਖ ਕੇ ਗੁਰਮੁਖਾ ਜੇ ਤੇਰੇ ਮਨ ਵਿੱਚ ਵਿਕਾਰ ਬੇਅੰਤ ਜ਼ਿਆਦਾ ਫੁਰ ਲੱਗ ਪਿਆ, ਤੂੰ ਇਹ ਤਾਂ ਦੱਸ ਵੀ ਧੀ ਤੇ ਭੈਣ ਦੀ ਕੀ ਹਾਲਤ ਹੁੰਦੀ ਹੋਵੇਗੀ? ਕਦੇ ਸੋਚਿਆ ਆਪਣੇ ਮਨਾਂ ਦੇ ਕੀ ਕਰ ਰਹੇ ਹਾਂ? ਅੱਜ ਜ਼ਮਾਨਾ ਬਣ ਗਿਆ ਧੀ ਵੀ ਨਾਲ, ਭੈਣ ਵੀ ਨਾਲ, ਘਰਵਾਲੀ ਵੀ ਨਾਲ, ਚਲੋ ਚੱਲ ਕੇ ਸਾਰਾ ਪਰਿਵਾਰ ਸਿਰਮਾ ਵੀ ਖਾਈਏ, ਜਾਂ ਤੀਆਂ ਆ ਗਈਆਂ ਨੱਚ ਟੱਪ ਪਾਈਏ। ਉਹ ਪਿਆਰੋ ਕਦੇ ਸਿਨਵੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਵੇਖਿਆ? ਕਦੇ ਤੀਆਂ ਦੇ ਵਿੱਚ ਅਨੰਦ ਸਾਹਿਬ ਦੀ ਬਾਣੀ ਪੜ੍ਹਦੇ ਵੇਖੇ ਆ? ਹੁੰਦਾ ਕੀ ਹੈ? ਬੋਲੀਆਂ ਪਾਉਣੀਆਂ, ਭੰਗੜਾ ਪਾਉਣਾ ਤੇ ਗਿੱਧੇ ਪਾਉਣੇ, ਨਾਚ ਕਰਨਾ। ਦੱਸੋ ਜਿੱਥੇ ਐਸਾ ਨੀਚਪੁਣ ਹੈ ਉੱਥੇ ਜੀਵਨ ਸੱਚਾ ਤੇ ਸੁੱਚਾ ਕਿਵੇਂ ਰਹੇਗਾ? ਕਦੇ ਉਹਨਾਂ ਚੀਜ਼ਾਂ ਵੱਲ ਖਿਆਲ ਕੀਤਾ? ਆਪਾਂ ਇੱਕੋ ਇੱਕ ਵੀ ਆਸਾਦ ਮੁੰਡਾ ਜਿਹਾ ਆ ਗਿਆ, ਨਾ ਇਹਨੂੰ ਕੋਈ ਸੰਸਾਰ ਦੀ ਵਾਰ ਲੱਗੀ ਹੈ, ਲੈ ਦੱਸੋ ਟੈਲੀਵਿਜ਼ਨ ਵੀ ਬੰਦ ਕਰੀ ਜਾਂਦਾ ਹੈ, ਰੇਡੀਓ ਵੀ ਕਹਿੰਦਾ ਗੰਦਾ ਨਾ ਸੁਣਿਆ ਕਰੋ, ਸਿਨੇਮੇ 'ਤੇ ਉਹਨਾਂ ਜਾ ਕਰੋ, ਮਨੋਰੰਜਨ ਕਿੱਥੋਂ ਕਰਨਗੇ? ਉਹ ਪਿਆਰਿਆ ਮਨੋਰੰਜਨ ਤਾਂ ਕਰੀ ਜਾਂਦਾ, ਪਾਏ ਕੁਹਾੜਾ ਮਾਰਿਆ ਗਾਪਲਾ ਆਪਣੇ ਹੱਥ ਵਾਲੇ ਵੀ ਗੱਲ ਤਾਂ ਨਾਲ ਬਣ ਰਹੀ, ਧੀਆਂ ਭੈਣਾਂ ਨੂੰ ਨਾਲ ਲੈ ਕੇ ਤੁਰ ਪੈਣਾ, ਕੋਈ ਸੋਚ ਤਾਂ ਨਾ ਕਰਨ ਕੀ ਲੱਗਾ। ਸਿੰਘੋ ਇਸ ਪਾਸੇ ਕਦੇ ਖਿਆਲ ਦੇਵੋ, ਸਤਿਗੁਰੂ ਗਰੀਬ ਨਵਾਜ ਦੀ ਸਿੱਖੀ ਧਾਰਨ ਕਰੋ ਤੇ ਰਹਿਤ ਮਰਜਾਜ ਪਰਪੱਕ ਹੋਵੋ।